ਗਾਈਸ ਤੁਹਾਨੂੰ ਬਹੁਤ ਹੀ ਖੁਸ਼ੀ ਨਾਲ ਦੱਸਿਆ ਜਾ ਰਿਹਾ ਵੀ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਚੜਿਆ ਵਾ। ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੇ ਏਸੀ ਲੱਗ ਚੁੱਕਾ ਵਾ ਹੁਣ, ਆਪਾਂ ਨੂੰ ਗਰਮੀ ਇੱਥੇ ਕੋਈ ਪ੍ਰੋਬਲਮ ਨਹੀਂ ਆਊਗੀ। ਕਸਟਮਰਸ ਨੂੰ ਬਹਿਣ ਦੀ ਸੁਵਿਧਾ ਦੇ ਦਿੱਤੀ ਗਈ ਹੈ ਇੱਧਰ, ਬਾਹਰ ਦਿਖਾਓ ਰਿਵਿਊ ਸਾਰਾ। ਗਾਈਸ ਅੱਜ ਆਪਾਂ ਮੋਰ ਮੂਵੀ ਦੇਖਣ ਚੱਲੇ ਹਾਂ, ਨੈਕਸਸ ਅੰਮ੍ਰਿਤਸਰ ਦੇ। ਬੜੇ ਦਿਨਾਂ ਬਾਅਦ ਅੱਜ ਸਾਡਾ ਪਲੈਨ ਬਣ ਗਿਆ ਮੂਵੀ ਵੇਖਣ ਦਾ, ਅਤੇ ਤੁਹਾਨੂੰ ਮੂਵੀ ਵੇਖ ਕੇ ਦੱਸਦੇ ਹਾਂ ਮੂਵੀ ਕਿੱਦਾਂ ਦੀ ਆ, ਵਿਸ਼ਵਾਸ ਨਹੀਂ ਕਰਨਾ। ਇੱਥੇ ਅੱਜ ਅਸੀਂ ਮੂਵੀ ਵੇਖਣ ਚੱਲੇ ਹਾਂ, 12:55 ਦਾ ਸ਼ੋਅ ਆ, ਅਤੇ 12:55 ਦਾ ਸ਼ੋਅ ਆ ਅਤੇ ਹੁਣ ਹੋ ਗਿਆ 12:15, ਮਤਲਬ ਅੱਧੇ ਇੱਕ ਘੰਟੇ ਫਿਲਮ ਲੱਗਣੀ ਆ, ਅਤੇ ਇੱਥੋਂ ਆਪਣੇ 5 ਮਿੰਟ ਦਾ ਰਸਤਾ ਵਾ ਅਲਫਾ ਦਾ, ਅਤੇ ਗੱਡੀਆਂ ਪਾ ਇੱਥੇ ਰਹਿਣ ਦਾਂਗੇ। ਅਤੇ ਆਪਾਂ ਇੱਥੋਂ ਜਾਂਦੇ ਹਾਂ, ਆਪਣਾ ਦੋਸਤ ਰਸ਼ਪਾਲ ਵੀਰ ਆ ਰਿਹਾ, ਅਤੇ ਸਾਹਮਣੇ ਸਿਟੀ ਬੱਸ ਦਾ ਸਟੋਪ ਆ, ਸਿਟੀ ਬੱਸ 'ਤੇ ਬਹਿਣਾ, 5 ਮਿੰਟ 'ਚ ਸਿਟੀ ਬੱਸ ਪਹੁੰਚ ਜਾਣੀ ਆਪਾਂ ਸਾਹਮਣੇ, ਇਸ ਲਈ ਹੁਣ ਅਸੀਂ ਚੱਲੇ ਹਾਂ ਸਿਟੀ ਬੱਸ ਨਾਲ, ਤੁਹਾਨੂੰ ਸਿਟੀ ਬੱਸ ਦੀ ਯਾਤਰਾ ਕਰਾਈ ਜਾਂਦੇ। ਜਾਂ ਮੇਰੀ ਟੋਪੀ ਦੇਖੋ, ਮੈਸੀ ਦਾ ਪ੍ਰੈਸ਼ਰ ਲੱਗਾ, 9000 ਇਹਦਾ ਕੰਮ ਚੱਲ ਰਿਹਾ। ਲੱਗੇ ਟਰੈਕਟਰ ਅਤੇ ਆਹ ਵਾ ਸਿਟੀ ਬੱਸ ਦਾ ਸਟੋਪ ਆ। ਹੈਂ ਨਹੀਂ ਨਹੀਂ ਉਹ ਵਰਕਰ ਆਏ ਨਾ, ਕੰਮ ਸਟਾਰਟ ਹੋ ਗਿਆ ਉਹਦਾ ਇਹਦੇ ਆ, ਅਤੇ ਆਹ ਸਾਹਮਣੇ ਹੀ ਆ ਸਿਟੀ ਬੱਸ ਦਾ ਸਟੋਪ, ਅਤੇ ਇੱਥੋਂ ਸਾਹਮਣੇ 5 ਮਿੰਟ 'ਚ ਪਹੁੰਚ ਜਾਣਾ ਸੀ ਅਲਫਾ ਵਨ, ਅਤੇ ਅਸੀਂ ਇੱਥੇ ਬਹਿ ਕੇ ਜਾਂਦੇ ਮਜ਼ੇ ਨਾਲ, ਨਾਲੇ ਪਾਰਕਿੰਗ ਦਾ ਝੰਡ ਨਹੀਂ ਕੋਈ ਨਹੀਂ ਅੰਦਰ ਜਾਣਾ, ਕਿਉਂਕਿ ਅੱਜ ਸਿਟੀ ਬੱਸਾਂ ਦੀ ਹੜਤਾਲ ਆ, ਲੱਗਦਾ ਕੋਈ ਬੱਸ ਨਹੀਂ ਆਉਣ ਦੀ। ਹੁਣ ਆਪਾਂ ਚੱਲੇ ਹਾਂ ਅਨਦਰ ਵਹੀਕਲ 'ਤੇ, ਅਤੇ ਮਿਲਦੇ ਤੁਹਾਨੂੰ ਅਲਫਾ ਵਨ ਪਹੁੰਚ ਕੇ। ਬਾਅਦ ਆਪਾਂ ਪਹੁੰਚ ਚੁੱਕੇ ਹਾਂ, ਅੱਜ ਬਹੁਤ ਜ਼ਿਆਦਾ ਗਰਮੀ ਆ ਜਿੱਦਾਂ ਕਿ ਤੁਹਾਨੂੰ ਪਤਾ ਵਾ, ਆਪਾਂ ਮਾਹੌਲ ਦੇ ਬਾਹਰ ਪਹੁੰਚ ਚੁੱਕੇ ਹਾਂ, ਅਜੇ ਤੁਹਾਨੂੰ ਮਿਲਦੇ ਹਾਂ। ਪਹੁੰਚ ਗਏ ਜੀ ਅਲਫਾ ਵਨ, ਨੈਕਸਸ ਅੰਮ੍ਰਿਤਸਰ ਜੀ ਦਾ ਨਾਰਾ ਕਾ ਹੋਣਾ। ਬੜੀ ਗਰਮੀ ਆ ਬਾਹਰ, ਮੋਲਾ ਲੋਕ ਵਾਹ ਰਹੇ ਇਸ ਕਰਕੇ, ਲੋਕ ਟਿਕਟ ਆਪਣੀਆਂ ਹੋ ਗਈਆਂ ਵਾ। ਤਿਆਰ ਹੋਣਾ ਬਹੁਤ ਜ਼ਿਆਦਾ ਵਧੀਆ ਨਹੀਂ ਆ, ਨਹੀਂ ਠੀਕ ਆ, ਟਾਈਮ ਪਰ ਵੱਜ ਕੇ ਰੱਖਦੀ ਆ ਕਿ ਕਈ ਇੰਟਰਸਟ ਬੜਾ ਵਧੀਆ, ਸੀਨ ਬੜੇ ਜਾਂ ਗਾਣੇ ਬੜੇ ਕੋਈ ਵੀ ਨਹੀਂ ਆ, ਉਦੋਂ ਮੱਧਮ ਵੀ ਚੱਲੀ ਜਾਂਦੀ ਆ ਕਿ ਬਸ ਬੈਠੇ ਵੇਖਣ ਦਾ ਨੋਰਮਲ ਜੀ ਆ, ਵਧੀਆ ਚੱਲਦੀ ਆ, ਪੈਸਾ ਵਸੂਲ ਆ, ਵਧੀਆ ਵਾ, ਬੋਰ ਬਾਰ ਨਹੀਂ, ਬਹੁਤ ਵਧੀਆ ਵਾ, ਤੇ ਚੱਲੀ ਜਾਂਦਾ ਕੰਮ। ਬਾਕੀ ਮੇਰੇ ਕੋਲ ਤਾਂ ਗਾੜੀ ਰੋਲ ਹੋਣਾ, ਪੂਰਾ ਗੁੰਡਾ ਬੰਨਾ ਹੋਣਾ, ਉਹਨੇ ਜੁਣਾ ਮੋੜ ਬੰਨਾ ਹੁਣ ਪਾ ਲੈਣੀਗਾ। ਬਾਕੀ ਇਹ ਰੇਟ ਪੜੇ ਆ ਕਿ ਸਾਨੂੰ ਰੇਟ ਕੋਈ ਜ਼ਿਆਦਾ ਡਰਾਉਣੇ ਜੇ ਲੱਗੇ ਆ, ਤਾਂ ਬੰਦਾ ਡਾ ਜੀ ਨਾ ਡਾ ਪੌਪਕਾਰਨ ਲੈਣਾ, ਮੈਂ ਇੱਥੇ ਜਾਣਾ ਕਿ ਦੋ ਚ, ਮੈਂ ਦੋ ਚ ਮੈਨੂੰ ਕੁਛ ਪਤਾ ਨਹੀਂ। ਉਹ ਜੀ ਮੋਦੀ ਮੂਵੀ ਦੇ ਲੋਕੀ ਭੱਜਣ ਦੀ ਕਰ ਰਹੇ, ਮਿੰਟਮ ਨੇ ਚੱਲੇ ਲੱਭ ਚੱਲਿਆ, ਇਹ ਜੀ ਕਾਂਡ ਹੈ ਹੋਰ ਵੇਲੇ ਵੇਖਣ ਦਾ, ਕਿੱਦਾਂ ਦੀ ਲੱਗੀ ਯਾਰ? ਪੌਣੇ 5 ਤੇ ਹੋਣਾ ਪਾ ਚੁੱਕੇ ਹਾਂ ਏਜੰਸੀ, ਤੇ ਅੱਜ ਆਪਣਾ ਟਰੈਕਟਰ ਹੋ ਰਿਹਾ ਰੈਡੀ, ਇਹ ਟਰੈਕਟਰ ਦੀ ਅੱਜ ਡਿਲੀਵਰੀ ਆ, 9500 ਇੱਕ ਦੇਣਾ ਆਪਾਂ, ਤੇ ਅਗਲੀ ਰੈਡੀ ਹੋ ਰਿਹਾ, ਧੋਤਾ ਰਹੇ ਬੰਦੇ ਸਾਫ ਕਰ ਰਹੇ ਆ, ਬਾਹਰ ਆਉਣ ਲੱਗ ਗਈਆਂ ਟਰੈਕਟਰਾਂ, ਟਰੈਕਟਰਾਂ ਲਾ ਲਈਏ ਅੰਦਰ।